प्लस च जान लग्या मोबाइल नाल ठीक है नी इन डेट आउंदी है कपड़े चेंज कर दीए मोबाइल नाल इसने कहा है कि उसने जार बनाया होया है दुखी हो आया कैमरे दे अगे सुनो की नाम तुहाडा ਪਾਕਿਸਤਾਨ ਦਾ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਮੇਰੀ ਜਨਾਨੀ ਦੇ ਨਾਲ ਉਹਨਾਂ ਨੇ ਕਿਹਾ ਕਿ ਅਫੇਅਰ ਹੈ ਤੁਹਾਡਾ ਨਹੀਂ ਯਾਰ ਮੇਰੀ ਭੈਣ ਲੱਗਦੀ ਹੈ ਮੈਂ ਉਹਦੇ ਨਾਲ ਕੀ ਮੇਰੀ ਸ਼ਾਦੀ ਹੋਈ ਹੋਈ ਹੈ ਅੱਛਾ ਜੀ ਤੁਸੀਂ ਭੈਣ ਨੂੰ ਬੁਲਾਉਣਾ ਚਾਹੁੰਦੇ ਹੋ ਆਪਣੇ ਕੋਲ ਜੀ ਨੇ ਮੇਰੀ ਭੈਣ ਲੱਗਦੀ ਹੈ ਟੱਕੇ ਨਾਲ ਇਹਦੇ ਘਰ ਵਾਲੇ ਨੇ ਇਹਦੇ ਉੱਤੇ ਇਲਜ਼ਾਮ ਰੱਖਿਆ ਹੋਇਆ ਝੂਠ ਬੋਲ ਰਹੇ ਇਹਨਾਂ ਦਾ ਘਰ ਵਾਲਾ ਰਾਤੀ 12 ਵਜੇ ਦਾ ਕਿਹੜਾ ਭਰਾ ਗੱਲਾਂ ਕਰਦਾ ਜੀ ਸਾਈ ਸਾਈ ਤੁਹਾਡੀ ਕੋਲ ਭਰਾ ਗੱਲਾਂ ਕਰਦਾ ਜੀ ਹਾਂਜੀ ਭਰਾ ਸਾਈ ਸਾਈ ਰਾਤ ਕਿਹੜਾ ਗੱਲਾਂ ਕਰਦਾ ਵਾ ਜੀ ਤੇ ਮਿੰਟ ਪਿਛੋਂ ਕਿਹੜਾ ਫੋਨ ਕਰਦਾ ਭੈਣ ਨੂੰ ਤੂੰ ਵਿਹਲਾ ਦੱਸੇ ਨਾ ਵਿਹਲਾ ਯਾ ਭਾਈ ਬਿਲਕੁਲ ਤੁਸੀਂ ਵੇਖੋ ਕਿ ਆਰੋਪ ਲੱਗ ਰਹੇ ਨੇ ਤੋ ਤੁਸੀਂ ਦੇਖੋ ਕਿ ਉਹਨਾਂ ਦੀ ਘਰ ਦੀ ਵੀ ਮੌਜੂਦ ਹੈ ਮੇਰਾ ਭਾਈ ਹੈਗਾ ਠੀਕ ਹੈ ਪਰ ਮੈਡਮ ਉਹ ਕਹਿੰਦੇ ਰਾਤੀ 12 ਵਜੇ ਤੱਕ ਗੱਲ ਕਰਦੇ ਓਏ ਗਾਲਾਂ ਤਾਂ ਗੱਲਾਂ ਕਰਦੇ ਪਏ ਆ ਉਹਨਾਂ ਕੋ ਦਿਨੇ ਟਾਈਮ ਨਹੀਂ ਹੁੰਦਾ ਠੀਕ ਹੈ ਦਿਨੇ ਟਾਈਮ ਹੁਣ ਰਾਤ ਆ ਨਹੀਂ ਹੁਣ ਦੱਸੋ ਇਸ ਵੇਲੇ ਰਾਤ ਪਈ ਹੈ ਇਸ ਵੇਲੇ ਕੋ ਟਾਈਮ ਤੇ ਗੱਲ ਕਰ ਰਹੇ ਆ ਨਾ ਜੀ ਹਾਂਜੀ ਘੰਟੇ ਘੰਟੇ ਬਾਅਦ ਗੱਲਾਂ ਕਰਦੇ ਆ ਭਾਜੀ ਨਾ ਰੋਟੀ ਟਾਈਮ ਸਰ ਮੈਨੂੰ ਨਾ ਕੋਈ ਚਾਹ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਆ 2 ਕਿੰਨਾ 3 ਵਜੇ ਲੈ ਜੇ ਮੈਂ ਰੋਟੀ ਨਹੀਂ ਖਾਦੀ ਸਵੇਰ ਦੀ ਉਹ ਕਹਿੰਦੇ ਕਿ ਮੈਂ ਉਹਨਾਂ ਨੇ ਸਾਫ਼ ਕਿਹਾ ਕਿ ਮੇਰੀ ਇਹ ਭੈਣ ਆ ਭਾਜੀ ਭੈਣ ਆ ਭੈਣ ਹੈ ਹੁਣ ਚੁੱਕੇ ਨਾਲ ਦੇ ਚੋਰ ਕਹੇਗਾ ਮੈਂ ਚੋਰ ਆ ਚੋਰ ਕਹੇਗਾ ਮੈਂ ਚੋਰ ਆ ਉਹ ਤਾਂ ਕਹੇਗਾ ਸਾਹਮਣੇ ਚੋਰੀ ਕਰਕੇ ਕਹੇਗਾ ਮੈਂ ਚੋਰ ਨਹੀਂ ਮੈਂ ਚੋਰ ਨਹੀਂ ਕੋਈ ਫੜਿਆ ਗਿਆ ਹੁਣ ਕਿ ਨਾਲ ਦੇ ਤੂੰ ਤਾਂ ਹੀ ਕਰੇਗਾ ਜਦੋਂ ਉਹ ਆ ਜੇ ਨਾ ਤੇਰਾ ਘਰ ਵਾਲਾ ਉਹ ਸਾਹਮਣੇ ਨੂੰ ਭੈਣ ਭਰਾ ਕਰਿਆ ਕਰਾਂਗੇ ਠੀਕ ਆ ਨਾ ਉਸ ਤੋਂ ਬਾਅਦ ਤੂੰ ਜਿਸ ਤਰ੍ਹਾਂ ਮਰਜ਼ੀ ਭਾਜੀ ਫਲਸ਼ 'ਚ ਜਾਣ ਲੱਗਿਆ ਫਲਸ਼ 'ਚ ਜਾਣ ਲੱਗਿਆ ਮੋਬਾਈਲ ਨਾਲ ਠੀਕ ਆ ਨੀ ਇਹਨੂੰ ਡੇਟ ਆਉਂਦੀ ਹੈ ਕੱਪੜੇ ਚੇਂਜ ਕਰ ਦਈਏ ਮੋਬਾਈਲ ਨਾਲ ਉਸ ਟਾਈਮ ਤੇ ਮੋਬਾਈਲ ਦਾ ਕੀ ਕੰਮ ਆ ਉਸ ਤੇ ਕਿਸ ਟਾਈਮ ਤੇ ਕਿ ਨਾਂ ਦੇ ਨਹੀਂ ਬੰਦਾ ਆਪਣਾ ਯਾਨੀ ਕਿ ਸਾਫ਼ ਸਫਾਈ ਕਰੇਗਾ ਕਿ ਮੋਬਾਈਲ ਨਾਲ ਗੱਲ ਕਰੇਗਾ ਕਿ ਉਹਨੂੰ ਫਿਰ ਵਿਖਾਏਗਾ ਮੈਨੂੰ ਇੱਥੋਂ ਸ਼ੱਕ ਪੈਂਦਾ ਭਾਜੀ ਜਦੋਂ ਇਹਨੇ ਗੱਲ ਕਰਨੀ ਹੈ ਬੂਆ ਬੰਦ ਕਰਕੇ ਕਰਨੀ ਹੈ ਬੂਆ ਤਾਂ ਵੱਡਿਆ ਮੈਂ ਜੇ ਤੇਰੇ 'ਚ ਦਿਲ 'ਚ ਪਾਪ ਨਹੀਂ ਤਾਂ ਬੂਆ ਖੋਲ੍ਹ ਕੇ ਗੱਲ ਕਰ ਠੀਕ ਆ ਨਾ ਜੀ ਜੇ ਤੇਰੇ ਦਿਲ 'ਚ ਪਾਪ ਨਹੀਂ ਮੇਰੇ ਲਾਗੇ ਬਹਿ ਕੇ ਗੱਲ ਕਰ ਠੀਕ ਆ ਨਾ ਜੀ ਮੈਨੂੰ ਸ਼ੱਕ ਪਿਆ ਮੈਂ ਥਾਣੇ ਗਿਆ ਪਰ ਮੇਰੀ ਥਾਣੇ ਸੁਣਵਾਈ ਨਹੀਂ ਹੋਈ ਉਹ ਇਸ ਤੋਂ ਬਾਅਦ ਮੁੜ ਕੇ ਮੈਂ 112 ਤੇ ਕੀਤੀ ਗੱਲ ਉਹ ਕਹਿੰਦੇ ਸਾਡਾ ਮਾਮਲਾ ਨਹੀਂਗਾ 181 ਤੇ ਗੱਲ ਕੀਤੀ ਉਹ ਕਹਿੰਦੇ ਸਾਡਾ ਸਾਡੇ ਹੱਥ ਖੜੇ ਆ ਜੀ ਕਹਿੰਦੇ ਮਹਿਲਾ ਮੰਡਲ ਕੋ ਜਾਓ ਫਿਰ ਉੱਥੇ ਕਿ ਨਾਂ ਦੇ ਮੇਰਾ ਕੋ ਪਾਠੀ ਸਿੰਘ ਹੈ ਉਹਨੇ ਆਖਿਆ ਕਿ SBI ਪਤਾ ਇਸ ਤਰ੍ਹਾਂ ਕੋਈ ਹੈਗਾ ਵੇ ਮਹਿਕਮਾ ਅਤੇ ਉਹਨਾਂ ਨੇ ਜਾ ਕੇ ਗੱਲ ਕਰੋ ਉਹਨਾਂ ਨਾਲ ਗੱਲ ਕੀਤੀ ਅਤੇ ਆ ਕੇ ਅੱਜ ਸ਼ਨੀਵਾਰ ਹੈ ਜੀ ਅਫਸਰ ਨਹੀਂ ਬੈਠਣੇ ਜੀ ਅਤੇ ਮੈਂ ਕਿਹਾ ਜੋ ਤੁਸੀਂ ਬੈਠਣਾ ਨਹੀਂ ਤੁਹਾਨੂੰ ਕੀ ਤੁਹਾਡੀ ਵਾਈਫ ਨੇ ਚੱਲ ਜਾਣਾ ਇਹ ਇਹਨੂੰ ਵਾਰ ਵਾਰ ਕਹਿਣ ਡਿਆ ਭਾਈ ਕੋਰੀਅਰ ਕਰਕੇ ਫਸਿਆ ਕੰਮ ਇਹ ਮੈਨੂੰ ਕਹਿੰਦੀ ਹੈ 2,000 ਰੁਪਇਆ ਨਾ ਬੱਚੇ ਸਰਕਾਰੀ ਸਕੂਲੇ ਪੜ੍ਹਦੇ ਜੀ ਠੀਕ ਆ ਜੀ ਸਰਕਾਰੀ ਸਕੂਲੇ ਪੜ੍ਹਨ ਦੇ ਕਰਕੇ ਉਹਨਾਂ ਦਾ ਵਜ਼ੀਫਾ ਆਉਂਦਾ ਅਤੇ ਮੈਂ ਕਦੀ ਨਹੀਂ ਕਢਾਇਆ ਮੈਂ ਕਿਹਾ ਲੋੜ ਨਹੀਂ ਪੈਂਦੀ ਮੈਂ ਆਪਣੀ ਕਮਾਈ ਕਰਦਾ ਅਤੇ ਉਹਨਾਂ ਵਜ਼ੀਫੇ ਬੱਚਿਆਂ ਦੇ ਕਢਾ ਕੇ ਇਹਨੇ ਉਹ ਕਿ ਨਾਂ ਦੇ ਕੋਰੀਅਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਕੋਰੀਅਰ ਵਾਲਾ ਕਹਿੰਦਾ ਪੈਸੇ ਘੱਟ ਹੈ ਹੋਰ ਪਾਓ ਹੁਣ ਇਹ ਕੋ ਪੈਸੇ ਹੈਗੇ ਨਹੀਂ ਮੇਰੀ ਜਾਨ ਖਾਣ ਦੀ ਜੇ 2,000 ਰੁਪਇਆ ਦੇ ਉਹ ਪਰਾ ਭਰਾ ਕਹਿੰਦਾ ਪਹਿਲਾਂ ਕੋਰੀਅਰ ਛਡਾ ਫਿਰ ਤੈਨੂੰ ਮੈਂ ਲੈ ਕੇ ਜਾਊਂਗਾ ਹੁਣ ਮੈਨੂੰ ਨਹੀਂ ਪਤਾ ਕੀ ਮੰਗਾਇਆ ਕੀ ਨਹੀਂ ਮੰਗਾਇਆ ਮੈਂ ਇਹਨੂੰ ਵਾਰ ਵਾਰ ਕਹਿਣ ਡਿਆ ਤੇਰੇ ਨਾਲ ਧੋਖਾ ਹੀ ਤੇਰੇ ਨਾਲ ਧੋਖਾ ਹੀ ਤੇਰੇ ਨਾਲ ਧੋਖਾ ਹੀ ਇਹ ਸ਼ਖਸ ਦੁਖੀ ਹੋ ਕੇ ਕੈਮਰੇ ਦੇ ਸਾਹਮਣੇ ਆਏ ਆ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਆਪਣਾ ਵੀ ਇੱਕ ਕਮੈਂਟ ਜ਼ਰੂਰ ਦੇਣਾ ਜੀ ਮੇਰਾ ਘਰ ਭਾਈ ਉੱਜੜ ਜਾਣਾ ਵਾ ਮੇਰੇ 3 ਬੇਟੇ ਆ ਜਿਨ੍ਹਾਂ ਨੂੰ ਇਹ ਨਾ ਲੈ ਜਾਏਗੀ ਹੁਣ ਅਗਲਾ ਸ਼ਖਸ ਕੀ ਆ ਉਹਦੇ ਦਿਲ 'ਚ ਕੀ ਆ ਪਾਪ ਆ ਜਾਂ ਕੀ ਆ ਠੀਕ ਆ ਨਾ ਕਿ ਨਾਲ ਹਾਂਜੀ ਮੋਬਾਈਲ 'ਚ ਫੋਟੋ ਹੈਗੀ ਆ ਕਿ ਨਾਲ ਇਹਦੇ ਨੇ ਆਪਣੀ ਹੋਰ ਫੋਟੋ ਇਹਦੀ ਉੱਥੇ ਆ ਜਿਹੜੀਆਂ ਫੋਟੋਆਂ ਭੇਜਦਾ ਹੋਣਾ ਇਹ ਹੋ ਰਿਹਾ ਹੁਣ ਇਹ ਨਾਂ ਕੀ ਲੈ ਰਿਹਾ ਸੀ ਆਪਣਾ ਅਤੇ ਇੱਥੇ ਆਪਣਾ ਨਾਂ ਇਹਦਾ ਆ ਰਿਹਾ ਜੀ ਉਹਨੇ ਪ੍ਰੀਤ ਪਤਾ ਕੀ ਨਾਂ ਆ ਰਿਹਾ ਜੀ ਹਾਂਜੀ ਆਹ ਫੋਟੋਆਂ ਜੀ ਜਿਹੜੀਆਂ ਇਹਨੇ ਪਾਈਆਂ ਨੇ ਮੈਂ ਕੁੜੀ ਹਾਂ ਕਿ ਮੈਨੂੰ ਨਾ ਮੇਰੇ ਫਰੈਂਡ ਦੀ ਲੋੜ ਆ ਅਤੇ ਇਹਨੇ ਮੈਨੂੰ ਆਖਿਆ ਆਪਣੀ ਪਿੱਕ ਭੇਜੋ ਇੰਝ ਕਰੋ
ठीक है जी। मैं क्या ये जाने के ये जरा बंदा हर के ना फ्लैंग हो गया। गलबात करने दोबारा नहीं तुसी इनु कुड़ी बन के गल कीता के कुड़ी ने कीता फोन? नहीं नहीं मैं कुड़ी बन के गल कीती, मैं बोलिया नहीं इहदे नाल। मैनू कहिंदा मेरे नाल बोल के गल करो, तुहाडी आवाज सुनना चाहना मैं। ठीक है मैं क्या मैं जाने के मैसेज ही पा पा के गल की, मैं तेरे गल करांगी। ठीक है जी, पहला मैनू तुसी अपना पूरा डाटा दिओ, तुसी तेरा नाँ की है? इत्थे दसण दे अमनप्रीत, इत्थे हुण तुहानू पता नहीं की नाँ लैण दी, मनप्रीत पता नहीं, इत्थे अमनप्रीत है, उत्थे पता नहीं नाम ने होर कुछ आख्या नहीं। बाहर भजना चाहते हैं, पाकिस्तान जाना चाहते हैं। ये चाहती है कि क्या आते हैं, मैं इन्हें पता नहीं यदा दिमाग वाश कर दिता है, यदा दिमाग वाश कर दिता वा, तो ये मेरी भाजी भरा है, तो पर बंदे का भी तो ख्याल रखे, बंदे हूँ भरा बन गया तो बंदे भुख नहीं लगती, बंदे चाह नहीं चाहिए, ड्यूटी तो मैं जाना हूँ घरों चाह पी के जाना। ठीक है प्रशादा खा के अज तीन चार बार चले जे, मैं सवेर का नाश्ता नहीं किया, मैं शुगर का मरीज हाँ। ठीक है जी, अक के किनार कदम चुके अक के, नहीं तो मैनू की लड़ है किनार, जो मेरी जनानी मैनू पूरा टाइम दे, मैनू रोटी पानी सारा कुछ दे, तो मैनू की लड़ है एक छड़ के भावें चार भरा बनावे। ठीक है नहीं, एक छड़ के भावें चार भरा बनावे, मैनू कोई इतराज नहीं। जरा भरा बन के भरा जीजे का घर उजाड़न दिया है, जरा शह देन दिया कि मेरी चंडीगढ़ कोठी तो आ जा, मैं एक बार जा तो सही, तेन चंडीगढ़ कोठी के तेन तेन महल च रखेगा, महल च उत्थे कहना ए सी लगा ही। मैं होर दसो जी एक गल होर, कहता चिन्ह छड़ के ना तू चंडीगढ़ कोठी जा जा, उत्थे ए सी लगा लत्त चुक के ठंडी ठंडी वा लई। कौन कहता भैन लत्त चुक के ठंडी वा लई? उत्थे किनाने एल सी डी लगी आ कि किनाने ने जी मर्जी फिल्मा वेखी दसो। कोई मुसलमान कोई नहीं गा, पाकिस्तान के भी नहीं गए, ठीक है वो बाहरले देश रहिंदे ने, वह मेरे भरा बने, मैं कभी भरा नहीं देखे, एक भरा बनाया वो भी कहता जी भरा नहीं है जी, दसो मैं अगी कितने जावा? जार बनाया मैं, जार बनाया हो तो मैं सामने गल्ला करा, लोगों ना गल्ला करावा, इन गांडी गुआंडी सब आए ने उन्होंने भी मैं गल्ला कराइया, उन्होंने भरा दे नाल पाठी आए, एक कल भी सरदार आए ही, उन्होंने भी गल कराई मैं, उन्होंने भी गल की। अगे वो शख्स कौन ने जेरे बाहर विदेश रहंदे? वो मेरा भरा है। की नाम उन्होंदा? ना इत मोबाइल ते हैगा यार। अच्छा ते तुसी उन्हां कोल जाना चाहंदे हो? जाना नहीं चाहंदी, वो कहंदे जे तेनू ज्यादा तंग करदा ना, जे तेन खर्चा पानी नहीं दिता फिर मेरे को आ जा, नहीं तो नहीं आने की लड़ नहीं है। भरा के तौर पर उन्हें मैं भैन बनाया, भैन वागू मानता वो। रास्ता कायम होया? मेरा मोबाइल ना होया सीगा। शराब च जहर दे मारिया मां अपने मां प्यो दी भी फोटो भेजी ही मेनू। पाकिस्तान का नहीं गा, ओह बाहरले देश रहिंदा, ओदी इत्थे हैगी चंडीगढ़ कोठी हैगी, ओह कहिंदा मेरी कोठी ते तू भावें आ जा। जे तेन ਤੁਹਾਡੇ ਹਸਬੈਂਡ ਤਾਂ ਸਾਫ ਸਾਫ ਕਹਿ ਰਹੇ ਨੇ ਕਿ ਉਹ ਤੁਹਾਨੂੰ ਫੋਨ ਲਾਉਂਦਾ ਹੈ ਤੇ ਉਹਦੇ ਨਾਲ ਤੁਹਾਡਾ ਟੈਲੀਫੋਨ ਨਹੀਂ ਹੈਗਾ ਜੀ, ਰਿਕਾਰਡਿੰਗਾਂ ਵੀ ਸੁਣ ਸਕਦੇ ਹੋ ਤੁਸੀਂ, ਮੇਰੇ ਕੋਲ ਰਿਕਾਰਡਿੰਗ ਵੀ ਹੈਗੀ, ਉਹ ਭੈਣ ਕਰਕੇ ਬੁਲਾਉਂਦਾ ਪਿਆ। ਪਰ ਤੁਹਾਡੇ ਪਤੀ ਜਿਹੜੇ ਨੇ ਪਾਠੀ ਸਿੰਘ ਨੇ? ਹਾਂਜੀ ਪਤਾ ਮੈਨੂੰ। ਕੀ ਕਰਦੇ ਨੇ? ਪਾਠੀ ਹੈਗੇ ਨੇ, ਮੈਂ ਵੀ ਅੰਮ੍ਰਿਤ ਛਕਿਆ ਆ, ਉਹ ਵੀ ਸਰਦਾਰ ਹੈਗੇ ਨੇ, ਉਹ ਜਿਹੜਾ ਮੇਰਾ ਭਰਾ ਹੈ ਨਾ ਉਹਦੇ ਮੰਮੀ ਪਾਪਾ ਸਰਦਾਰ ਹੈਗੇ ਨੇ। ਤੇ ਉਹ ਆਪ ਕੀ ਹੈ? ਆਪ ਮੋਨਾ ਹੈਗਾ ਉਹ। ਅੱਛਾ ਤੇ ਉਹ ਮੋਨਾ ਹੈਗਾ ਆ ਮੁੰਡਾ? मेरे तीन बच्चे ने, बच्चिया ने भी गल ने अपने मामे न। हां जी उन बच्चिया ने भी कहा मामा की हाल, छोटे तक लाके बड़े तक गल की, सारिया ने गल की।